ਵੀ ਇਹਨਾਂ ਨੂੰ ਧਰਨਾ ਦੇਣਾ ਪਿਆ। ਤੁਸੀਂ ਦੇਖ ਰਹੇ ਹੋ ਭਾਰੀ ਗਿਣਤੀ ਦੇ ਵਿੱਚ ਬੀਬੀਆਂ ਜਿਹੜੀ ਮਨਰੇਗਾ ਮਜ਼ਦੂਰ ਹੈ, ਮਨਰੇਗਾ ਮਜ਼ਦੂਰ ਇੱਥੇ ਧਰਨੇ 'ਚ ਆਈਆਂ, ਜਿਨ੍ਹਾਂ ਦੀ ਗਿਣਤੀ ਭਾਰੀ ਗਿਣਤੀ 'ਚ। ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਸਾਨੂੰ ਕੰਮ ਨਹੀਂ ਮਿਲਦਾ, ਜਿਸ ਕਰਕੇ ਇਹ ਧਰਨਾ ਦੇਣ ਨੂੰ ਮਜਬੂਰ ਹੋਏ ਹੈ। ਗੱਲਬਾਤ ਵੀ ਕਰਦੇ ਹਾਂ। ਹਾਂਜੀ, ਕੀ ਨਾਮ ਤੁਹਾਡਾ? ਕੁਲਦੀਪ ਕੌਰ ਜੀ। ਹਾਂ, ਕਿਹੜਾ ਪਿੰਡ ਹੈ? ਖੱਤਰੀ ਵਾਲਾ ਜੀ। ਹਾਂ, ਤੁਹਾਨੂੰ ਕੀ ਮੁਸ਼ਕਿਲ ਆ ਰਹੀ ਹੈ? ਸਾਲ ਹੋ ਗਿਆ ਜੀ, ਪਿੱਛੇ ਦੋ ਡਿਮਾਂਡਾਂ 6 ਦਿਨ ਲੱਗੇ ਤੇ ਜੀ, ਉਦੋਂ ਮੁੜ ਕੇ ਸਾਲ ਮਗਰੋਂ ਹੁਣ ਕੰਮ ਮਿਲਿਆ। 6 ਦਿਨ ਲੱਗਣੇ ਡਿਮਾਂਡ ਦੇ, ਡਿਮਾਂਡ ਦੇ ਦਿੰਦੇ ਹਾਂ, ਕੰਮ ਮਿਲਦਾ ਨਹੀਂ ਜੀ ਹੈਗਾ। ਸਰਪੰਚ ਦਿੰਦਾ ਨਹੀਂ? ਕੌਣ ਨਹੀਂ ਦਿੰਦਾ? ਮਹਿਕਮੇ ਵਾਲੇ ਨਹੀਂ ਦਿੰਦੇ, ਸਰਪੰਚ ਤਾਂ ਹੁਣ ਹੈ ਨਹੀਂ ਗੇ ਜੀ। ਹੁਣ ਹਾਂ, ਸੈਕਟਰੀ ਨਹੀਂ ਦਿੰਦਾ। ਸੈਕਟਰੀ ਕਹਿੰਦਾ ਜੇ 100-50 ਦਿਨਾਂ ਦੀ ਡਿਮਾਂਡ ਦਿੱਤੀ ਹੋਈ ਹੈ ਸਾਡੀ, ਕਹਿੰਦਾ ਪਹਿਲਾਂ ਸਾਰੇ ਪਿੰਡ ਵਾਲਿਆਂ ਨੂੰ ਜਿਹੜੇ 9-0 ਵਾਲੇ ਜੋਬ ਕੱਟਣੇ ਵੀ ਉਹਨਾਂ ਨੂੰ ਕੰਮ ਦੇਵਾਂਗੇ। ਕਿੰਨਾ ਦਿਨ ਕੰਮ ਮਿਲਣਾ ਚਾਹੀਦਾ ਸਾਲ ਦੇ ਵਿੱਚ? 100 ਦਿਨ ਕੰਮ ਮਿਲਣਾ ਚਾਹੀਦਾ, ਨਿਯੁਕਤੀ ਪੱਤਰ ਮਿਲਣਾ ਚਾਹੀਦਾ ਜੀ ਸਾਨੂੰ। ਅੱਛਾ, ਬਿਲਕੁਲ ਅਸੀਂ ਘਰੋਂ ਵਿਹਲੇ ਹਾਂ ਜੀ, ਕੰਮ ਸਾਨੂੰ ਮਿਲ ਨਹੀਂ ਰਿਹਾ ਹੈਗਾ। ਹਾਂ, ਤੁਹਾਡਾ ਕੀ ਨਾਮ ਹੈ? ਸਾਡਾ ਜੀ ਕੁਲਵੰਤ ਕੌਰ, ਪਿੰਡ ਚੰਨਕ ਮਾਸਪੁਰ। ਤੁਹਾਨੂੰ ਕੀ ਮੁਸ਼ਕਿਲ ਆ ਰਹੀ ਹੈ? ਸਾਨੂੰ ਜੀ ਇਹੀ ਮੁਸ਼ਕਿਲ ਆ ਨਹੀਂ ਜੀ, ਸਾਨੂੰ ਸਾਡਾ ਹੱਕ ਨਹੀਂ ਦੇ ਰਹੇ, ਸਾਡਾ ਹੱਕ ਨਹੀਂ ਦੇ। ਸਾਡੇ ਸਾਲ ਹੋ ਗਿਆ ਕੰਮ ਚੱਲੇ ਨੂੰ, ਹੁਣ 1.5 ਮਹੀਨਾ ਹੋ ਗਿਆ ਸਾਨੂੰ ਡਿਮਾਂਡ ਦਿੱਤੀ ਨੂੰ, ਡੇਢ ਤੋਂ ਉੱਪਰ ਹੋ ਗਿਆ, 2 ਮਹੀਨੇ ਹੋ ਚੱਲੇ। ਹਾਂਜੀ, ਅਰਜ਼ੀ ਲਾਈ ਹੋਈ ਹੈ ਸਾਡੀ, ਸਾਨੂੰ ਕੰਮ ਨਹੀਂ। ਕਹਿ ਦਿੰਦੇ ਆਪਾਂ 2-4 ਦਿਨ ਤੱਕ ਆ ਜਾਏ, 2-4 ਦਿਨ ਤੱਕ ਜਾ ਆਉਂਦੇ ਹਾਂ, ਮੁੜ ਕੇ ਨਾ ਫੋਨ ਚੱਕਦੇ। ਹਾਂ, ਤੁਹਾਡਾ ਕੀ ਨਾਮ? ਮੈਂ ਤਰਸੇਮ ਸਿੰਘ, ਪਿੰਡ ਭੀਮ ਮਹਿਖੜੀ ਤੋਂ। ਹਾਂ, ਤੁਹਾਡੀ ਕੀ ਮੁਸ਼ਕਿਲ ਆ ਰਹੀ? ਅਸੀਂ ਡਿਮਾਂਡ ਦਿੱਤੀ ਆ 30 ਦਿਨਾਂ ਦੀ, ਜਿਹਦੇ ਵਿੱਚੋਂ 2 ਮਸਟਾਲ ਨਿਕਲੇ ਆ ਸਾਡੇ। ਇੱਕ ਨਿਕਲੇ 31 ਸੱਤ ਦਾ, ਜਿਹਦੇ ਵਿੱਚ ਬੂਟਿਆਂ ਦਾ ਪ੍ਰੋਜੈਕਟ ਦੀਆਂ ਉਹ 550 ਬੂਟਾ ਲਾਇਆ ਗਿਆ। ਅਸੀਂ ਇੰਨੀ ਗਰਮੀ ਦੇ ਵਿੱਚ ਬੂਟੇ ਲਾਏ ਆ, ਤਾਂ ਜਿਹੜੇ ਬੂਟੇ ਲਾਏ ਆ ਉਹ ਨਾ ਤਾਂ ਪਾਣੀ, ਉਦੋਂ ਬਾਅਦ 'ਚ ਕੋਈ ਇਹਨਾਂ ਨੇ ਮਸਟੋਲ ਕੱਢਿਆ ਜਿਹੜਾ 550 ਬੂਟਾ ਦੀ, ਫਿਰ ਉਹ ਤਾਂ ਸੁੱਕਣਾ ਹੀ ਆ ਉਹਦੇ ਵਾਸਤੇ, ਨਾ ਤਾਂ ਇਹ ਕੋਈ ਫੰਡ ਕਾਇਮ ਕਰ। ਕਦੋਂ ਤੋਂ ਧਰਨਾ ਬੈਠਣਾ ਤੁਸੀਂ? ਬਸ ਅੱਜ ਦਾ ਦਿਨ ਹੀ ਆ, ਅਸੀਂ ਤਾਂ ਰੋਸ ਵੀ ਪ੍ਰਗਟ ਕਰ ਰਹੇ ਸੀਗੇ। ਤੁਸੀਂ ਕਿਆ ਕਹੋਗੇ ਵੀ ਜਿਹੜਾ ਇਹ ਮਜ਼ਦੂਰ ਹੈ ਮਨਰੇਗਾ ਦੇ, ਕਿੰਨੇ ਕੁ ਮਜ਼ਦੂਰ ਪੰਜਾਬ 'ਚ, ਕੀ ਹਾਲਾਤ ਹੈ ਮਨਰੇਗਾ? 18 ਲੱਖ ਕਰੀਬ ਜੋਬ ਕਾਰਡ ਆ ਪੰਜਾਬ ਦੇ ਵਿੱਚ। ਇਹ ਬੁਨਿਆਦੀ ਅਧਿਕਾਰ 2005 ਤੋਂ ਸਾਡੇ ਦੇਸ਼ 'ਚ ਲਾਗੂ ਹੈਗਾ, ਪਰ ਜਿਹੜਾ ਸਾਡੇ ਸੂਬੇ ਦੀ ਸਰਕਾਰ ਆ, ਸਾਡੀ ਤਰਾਸ਼ਦੀ ਇਹ ਹੈਗੀ, ਬੰਦੇ ਸਾਡੇ ਸੂਬੇ ਦੇ ਵਿੱਚ ਮਨਰੇਗਾ ਵਰਕਰ ਵੱਡੀ ਗਿਣਤੀ 'ਚ ਨੇ, ਉਹ ਕੰਮ ਮੰਗ ਰਹੇ ਨੇ, ਅਤੇ ਸਾਡੀ ਸਰਕਾਰ ਅਤੇ ਸਾਡਾ BDPO ਪ੍ਰਸ਼ਾਸਨ ਕੰਮਾਂ ਦੇਣ 'ਚ ਬਿਲਕੁਲ ਨਾਕਾਮਯਾਬ ਹੈਗਾ। ਇੱਥੇ ਸੈਂਕੜਾਂ ਦੀ ਗਿਣਤੀ 'ਚ ਬੰਦੇ ਨੇ ਮਨਰੇਗਾ ਦੇ ਪੈਸੇ ਤੋਂ ਸੈਂਟਰ ਸਰਕਾਰ ਤੋਂ ਆਉਂਦੇ ਆ, ਫਿਰ ਕੌਣ ਨਹੀਂ ਦੇ ਰਿਹਾ? ਪਰ ਸਾਡੇ ਸੂਬੇ ਦੀ ਸਰਕਾਰ ਆ ਜਿਹੜੀ, ਉਹ ਕਾਨੂੰਨ ਨੂੰ ਸਹੀ ਮਾਇਨਿਆਂ 'ਚ ਲਾਗੂ ਨਹੀਂ ਕਰਨਾ ਚਾਹੁੰਦੀ। ਕਾਨੂੰਨ ਇਹ ਕੇਂਦਰ ਦਾ ਗਾ, ਪੈਸਾ ਸਾਰਾ ਕੇਂਦਰ ਨੇ ਦੇਣਾ, 1 ਰੁਪਈਆ ਸਾਡੇ ਸੂਬੇ ਦੀ ਸਰਕਾਰ ਨੇ ਦੇਣੀ। ਪਰ ਮਨ ਦੇ ਵਿੱਚ ਜਿਹੜੀ ਲਾਲਸਾ ਹੈ ਵੀ ਕਿਤੇ ਕਿਸੇ ਗਰੀਬ ਬੰਦੇ ਦੀ ਚੁੱਲ੍ਹਾ ਨਾ ਸਹੀ ਤਰ੍ਹਾਂ ਭੱਖ ਜੇ, ਇਸੇ ਕਰਕੇ ਮਨਸ਼ਾ ਹੈ ਵੀ ਇਹਨਾਂ ਨੂੰ ਭਿਖਾਰੀ ਦੇ ਤੌਰ 'ਤੇ ਕੰਮ ਦਿੱਤਾ ਜਾਵੇ, ਇੱਦਾਂ ਵੀ ਦਰਾਂ 'ਚ ਹੱਥ ਜੋੜ ਕੇ ਖੜਨ, ਫਿਰ ਇਹ ਕੰਮ ਦਿੱਤਾ ਜਾਊਗਾ। ਦਰ ਦਰ 'ਤੇ ਭਟਕਦੇ ਆ ਮਨਰੇਗਾ ਮਜ਼ਦੂਰ, ਲੇਕਿਨ ਕੰਮ ਇਹਨਾਂ ਨੂੰ ਨਹੀਂ ਮਿਲਦਾ। ਤੁਹਾਡਾ ਕੀ ਨਾਮ? ਮੇਰਾ ਨਾਮ ਰਣਵੀਰ ਕੌਰ, ਪਿੰਡ ਬਾਦਸ਼ਾਹਪੁਰ ਕਾਲੇਕੇ ਤੋਂ। ਹਾਂ, ਕੀ ਕੰਮ ਨਹੀਂ ਮਿਲ ਰਿਹਾ ਉੱਥੇ? ਕੰਮ ਨਹੀਂ ਮਿਲ ਰਿਹਾ ਜੀ, ਕੰਮ ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ, ਕੰਮ ਪੂਰਾ ਪ੍ਰੋਪਰ ਨਹੀਂ ਮਿਲ ਰਿਹਾ ਜੀ। ਬਾਕੀ ਜਿਹੜੇ ਨਿਯੁਕਤੀ ਪੱਤਰ ਮਿਲਦੇ ਨੇ ਉਹਨਾਂ 'ਤੇ ਸੈਨ ਵੀ ਨਹੀਂ ਵਗੈਰਾ ਹੁੰਦੇ। ਇੱਕ ਜੋਬ ਕਾਰਡ ਦਿੱਤੇ ਉਹਨੇ ਸਾਨੂੰ, ਜੋਬ ਕਾਰਡ ਦੀਆਂ ਹਾਲੇ ਤੱਕ ਕਾਪੀਆਂ ਨਹੀਂ ਮਿਲੀਆਂ, 2022 ਦੇ ਦਿੱਤੇ ਹੋਏ ਆ, 23 'ਚ ਵੀ ਦਿੱਤੇ ਪਰ ਕਾਪੀਆਂ ਨਹੀਂ ਦਿੱਤੀਆਂ, ਵਰਕਰ ਬਹੁਤ ਤੰਗ ਕਰੇ ਹੋਏ। ਮੇਰਾ ਨਾਮ ਰਾਜ ਕੁਮਾਰ, ਮੇਰੇ ਕੋਲ ਆਉਂਦਾ ਸਟੇਟ ਪ੍ਰੈਜ਼ੀਡੈਂਟ ਦਾ, ਮਨਰੇਗਾ ਫਰੰਟ। ਇਹਦੇ ਵਿੱਚ ਟੋਟਲ ਮਜ਼ਦੂਰ ਕਿੰਨੇ ਆ ਪੰਜਾਬ ਦੇ ਵਿੱਚ? 21 ਲੱਖ ਜੋਬ ਕਾਰਡ ਹੈ। 21 ਲੱਖ ਜੋਬ ਕਾਰਡ ਹੈ, 21 ਲੱਖ। ਕੰਮ ਕਿੰਨਾ ਕੁ ਮਿਲਦਾ ਇਹਨਾਂ ਨੂੰ? ਕੰਮ ਇਹਨਾਂ ਨੂੰ ਏਵਰੇਜ ਆ 30-35 ਕੁ ਦਿਨ ਦੀ, ਬਸ ਸਾਲ ਦੇ ਵਿੱਚ ਮਿਲਣਾ 100 ਦਿਨ ਦਾ ਚਾਹੀਦਾ। ਇਹ ਕੌਣ ਨਹੀਂ ਦਿੰਦਾ, ਕੀ ਕਰ? ਇਹ ਇੱਕ ਤਾਂ ਪਹਿਲੇ ਨੰਬਰ 'ਤੇ ਤਾਂ ਉਰੇ ਸੂਬਾ ਸਰਕਾਰ ਆ ਜਿਹੜੀ, ਉਹਨੇ ਜਿਹੜਾ ਕਾਨੂੰਨ ਬਣਿਆ ਉਹ ਲਾਗੂ ਨਹੀਂ ਕੀਤਾ। ਜੇ ਉਹਨੇ ਆਪਣੀ ਸ਼ਕਤੀ ਨਾਲ ਲਾਗੂ ਕੀਤਾ ਹੋਵੇ ਤਾਂ ਪਰ ਥੱਲੇ ਮੈਨੂੰ ਲੱਗਦੀ ਹੈ ਕਿ ਪ੍ਰਸ਼ਾਸਨ ਦੀ ਕੋਈ ਇਹ ਹੋ ਨਹੀਂ ਸਕਦਾ ਕਿ ਉਹ ਕੰਮ ਨਾ ਕਰੇ। ਜਦੋਂ ਕਿ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਵੀ ਬੰਦੇ ਨੂੰ ਅਸੀਂ ਪਰਸਨਲੀ ਕੰਮ ਵੀ ਲਾਉਂਦੇ ਹਾਂ ਤਾਂ ਜਿੰਨਾ ਕੰਮ ਲੈਂਦੇ ਹਾਂ ਮਜ਼ਦੂਰ ਤੋਂ ਉਹਨੂੰ ਦਿਹਾੜੀ ਦਿੰਦੇ ਨਾ, ਉਹਦੀ ਚੈੱਕ ਕਰਦੇ ਹਾਂ ਵੀ ਤਾਂ ਅੱਜ ਕੰਮ ਕੀ ਕੀਤਾ।
ਪ੍ਰਸ਼ਾਸਨ ਨੂੰ ਸਰਕਾਰ ਸਾਡੀ ਇੰਨੀ ਨਲਾਇਕ ਹੈ, ਉਹ ਚੈੱਕ ਹੀ ਨਹੀਂ ਕਰ ਰਹੀ ਵੀ ਉਹਨਾਂ ਨੇ ਕੰਮ ਕੀਤਾ ਕੀ ਹੈ, ਉਹਨਾਂ ਨੇ ਪ੍ਰੋਜੈਕਟ ਕਿਉਂ ਨਹੀਂ ਬਣਾਏ। ਸਰਕਾਰ ਨੇ 100 ਦਿਨ ਦਾ ਕੰਮ ਜਿਹੜੀ ਗਰੰਟੀ ਦਿੱਤੀ ਸੀ, ਹਾਂ ਜਿਹੜੀ ਕਿ 100 ਦਿਨ ਦੀ ਗਰੰਟੀ ਦਿੱਤੀ ਸੀ ਸਰਕਾਰ ਨੂੰ, ਇਹ ਤਾਂ ਪਤਾ ਲੱਗ ਗਿਆ ਵੀ 35 ਦਿਨ ਦੀ ਐਵਰੇਜ ਕੰਮ, ਕਾਨੂੰਨ ਕਹਿਣਾ ਵੀ 100 ਦਿਨ ਦਾ ਦੇਣਾ, ਪਰ ਜਿਹੜਾ ਉਹ 65 ਦਿਨ ਗਏ ਨੇ ਉਹ ਕਿਹਦੀ ਗਲਤੀ ਕਰਨ ਗਏ ਨੇ, ਉਹ ਕਿਉਂ ਨਹੀਂ ਹੋਇਆ, ਕਿ ਲੋਕਾਂ ਨੇ ਕੰਮ ਨਹੀਂ ਮੰਗਿਆ? ਜੇ ਲੋਕਾਂ ਨੇ ਕੰਮ ਮੰਗਿਆ ਤਾਂ ਪ੍ਰਸ਼ਾਸਨ ਦੀ ਅਣਗਹਿਲੀ ਕੀ ਨੇ? ਐਪਲੀਕੇਸ਼ਨ ਲਾਤੀ ਮਜ਼ਦੂਰ ਨੇ, ਮਨਜ਼ੂਰ ਕਿੰਨੇ ਦਿਨ ਬਾਅਦ ਕੰਮ ਮਿਲਣਾ? ਉਹਨੂੰ 15 ਦਿਨ ਬਾਅਦ 100 ਦਿਨ ਦਾ ਕੰਮ, ਜੇ 100 ਦਿਨ ਦਾ ਮੰਗ ਲਿਆ ਇਕੱਠਾ 100 ਦਿਨ, ਉਹਨੇ 15 ਦਿਨ ਤੋਂ ਉੱਪਰ ਜਾਣੀ ਕਿ ਕੰਮ ਮੰਗਣਾ, ਉਹ 20 ਦਾ ਮੰਗ ਲਏ, 40 ਦਾ ਮੰਗ ਲਏ, 30 ਦਾ, ਜਦੋਂ ਉਹ ਵਿਹਲਾ ਉਹਨੇ ਉਦੋਂ ਕੰਮ ਮੰਗਣਾ। ਠੀਕ, ਇਹਦੇ ਵਿੱਚ ਇਸੇ ਗੱਲ ਕਰਕੇ ਇਕੱਲਾ ਸਮਾਣਾ ਦੇ ਵਿੱਚ ਸੰਘਰਸ਼ ਕਿੱਥੇ ਤੱਕ ਜਾਊਗਾ ਤੁਹਾਡਾ? ਇਹ ਸੰਘਰਸ਼ ਲੰਬਾ ਵੀ ਹੋ ਸਕਦਾ ਜੇਕਰ ਸਾਡੀ ਗੱਲ ਨੂੰ ਇਹਨਾਂ ਨੇ ਨਾ ਅਣਗੌਲੀ ਕੀਤਾ, ਤਾਂ ਇਹਨੂੰ ਲੰਬਾ ਵੀ ਲੈ ਕੇ ਜਾਵਾਂਗੇ, ਲਗਾਤਾਰ ਵੀ ਇਹਨਾਂ ਦੇ ਬਾਰਾਂ 'ਚ ਬੈਠਾਂਗੇ। ਪੰਚਾਇਤੀ ਚੋਣਾਂ ਆ ਗਈ, ਕਿਸ ਤਰ੍ਹਾਂ ਜਵਾਬ ਹੈ? ਜਿਹੜਾ ਪੰਚਾਇਤੀ ਚੋਣਾਂ, ਪੰਚਾਇਤੀ ਚੋਣਾਂ ਵੀ ਇਸੇ ਢੰਗ ਦੀਆਂ ਹੋਣੀਆਂ ਚਾਹੀਦੀਆਂ ਨੇ, ਉਹ ਸਰਪੰਚ ਬਣਦਾ ਕੋਈ ਵੀ ਬਣਦਾ, ਉਹ ਬਣਨਾ ਹੀ ਇਹ ਚਾਹੀਦਾ ਕਿ ਲੋਕਾਂ ਦੇ ਪੱਖ ਦਾ ਬਣੇ, ਕਿ ਉਹ ਸਰਪੰਚ ਬਣਦਾ ਕਿਹਦਾ? ਸਰਕਾਰ ਦੇ ਪੱਖ ਦਾ। ਤੁਹਾਡੇ ਵੋਟਾਂ ਲੈਂਦੇ ਆ? ਬਿਲਕੁਲ ਲੈਂਦੇ ਨੇ, ਪਰ ਜਿਹੜਾ ਗਰੀਬ ਬੰਦਾ ਉਹਨੂੰ ਤਾਂ ਇੱਕ ਵੋਟ ਬੈਂਕ ਸਮਝਿਆ ਹੋਇਆ, ਗਰੀਬ ਨੂੰ ਇੱਕ ਇੱਥੇ ਦਾ ਵਸਨੀਕ ਨਹੀਂ ਸਮਝਿਆ ਗਿਆ, ਇੱਥੇ ਦਾ ਹੱਕਦਾਰ ਨਹੀਂ ਸਮਝਿਆ ਗਿਆ, ਇੱਥੇ ਦਾ ਆਜ਼ਾਦ ਲੋਕ ਨਹੀਂ ਸਮਝਿਆ ਗਿਆ, ਸਿਰਫ ਇੱਥੇ ਦਾ ਵੋਟਰ ਸਮਝਿਆ ਗਿਆ ਕਿ ਸਾਡੀ ਵੋਟ ਬੈਂਕ ਇਹ, ਜਿਵੇਂ ਚਾਹੇ ਡਰਾ ਕੇ ਵੋਟ ਲਵੋ, ਧਮਕਾ ਕੇ ਲਵੋ, ਲਾਲਚ ਦੇ ਕੇ ਲਵੋ, ਜਿਵੇਂ ਮਰਜ਼ੀ। ਇਹਦਾ ਜਵਾਬ ਇਹੀ ਆ ਕਿ ਇੱਟ ਦਾ ਜਵਾਬ ਪੱਥਰ ਨਾਲ, ਜਿੰਨਾ ਵੀ ਸਾਡਾ ਪੰਜਾਬ ਦੇ ਵਿੱਚ ਸਾਡੀ ਸਾਰੀ ਐਨਰਜੀ ਅਸੀਂ ਝੋਕ ਦਾਂਗੇ ਜੇਕਰ ਸਰਕਾਰ ਨੇ ਕਾਨੂੰਨ ਨੂੰ ਲਾਗੂ ਨਾ ਕੀਤਾ। ਇਹਨਾਂ ਨੇ 3 ਵਾਰ ਸਾਡੇ ਨਾਲ ਵਾਅਦਾ ਕਰਕੇ ਲਿਖਤੀ ਵੀ ਅਸੀਂ 15 ਦਿਨ ਬਾਅਦ ਤੁਹਾਡਾ ਫੰਡ ਕਾਇਮ ਕਰ ਦਾਂਗੇ ਬੇਰੁਜ਼ਗਾਰੀ ਭੱਤੇ ਦਾ। ਅੱਜ ਜਦ ਤੋਂ ਸਰਕਾਰ ਬਣੀ ਆ, ਇਹਨਾਂ ਨੇ ਹਾਲ ਤੱਕ ਉਹ ਫਾਈਲ ਨੂੰ ਛੇੜਿਆ ਤੱਕ ਵੀ ਨਹੀਂ ਹੈਗਾ, ਜਿਹਦੇ ਕਾਰਨ ਇਹ ਇਕੱਲਾ ਧਰਨਾ ਉਰੇ ਨਹੀਂ, ਨਾਭੇ ਦੇ ਵਿੱਚ ਵੀ ਲਗਾਤਾਰ ਅੱਜ 24 ਦਿਨ ਹੋ ਗਏ ਧਰਨਾ ਚੱਲਦੇ ਨੂੰ, ਪ੍ਰਸ਼ਾਸਨ ਦੇ ਕੰਨ ਤੱਕ ਜੂੰ ਨਹੀਂ ਸਰਕ ਰਹੀ, ਨਾ ਕਿਸੇ ਅਧਿਕਾਰੀ ਦੇ ਜੂੰ ਸਰਕ ਰਹੀ ਆ, ਸਰਕਾਰ ਕੰਨੀ ਕਤਰਾ ਰਹੀ ਆ, ਜਿਹਦੇ ਵਿੱਚ ਕਿ ਸਰਕਾਰ ਪੂਰੀ ਇਨਵੋਲਵ ਹੈ ਕਿ ਕਾਨੂੰਨ ਨੂੰ ਲਾਗੂ ਨਾ ਕੀਤਾ ਜਾਵੇ, ਜਿਹੜਾ ਮਜ਼ਦੂਰਾਂ ਦਾ ਹੱਕ ਉਹ ਦੱਬਿਆ ਜਾਵੇ। ਦੇਖੋ ਜੀ, ਸਾਡੇ ਵੱਲੋਂ ਨਾ ਹੁਣ ਮੈਕਸੀਮਮ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਜਿਹੜੇ ਐਸਟੀਮੇਟ ਲਵਾ ਕੇ ਵਰਕ ਤਕਰੀਬਨ ਅਪਰੂਵ ਕਰਾ ਲਏ ਨੇ, ਅਸੀਂ ਹੁਣ ਜਿਹੜੇ ਹੈਗੇ ਆ ਆਉਣ ਵਾਲੇ ਜਿਹੜੇ ਅੱਜ ਵੀ ਕਾਫੀ ਮਸਟੋਲ ਕੱਢੇ ਆ, ਆਉਣ ਵਾਲੇ ਵੀਕ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਿਹਦੇ ਉੱਤੇ ਕੰਮ ਚੱਲਣ ਵਾਲਾ ਸਾਰੇ ਪਿੰਡਾਂ ਦੇ ਵਿੱਚ ਸ਼ੁਰੂ ਕਰਵਾ ਦਾਂਗੇ, ਕਿਉਂਕਿ ਪਹਿਲਾਂ ਅੱਜ ਤੋਂ ਪਹਿਲਾਂ ਜਿਹੜੇ ਹੈਗੇ ਆ ਚੋਣ ਜ਼ਾਬਤਾ ਲੱਗਿਆ ਹੋਇਆ ਸੀਗਾ, ਉਹਦੇ ਕਰਕੇ ਥੋੜ੍ਹੀ ਡਿਲੇਅ ਹੋਈ ਹੋਈ ਆ, ਅਦਰਵਾਈਜ਼ ਕੋਈ ਡਿਲੇਅ ਨਹੀਂ ਹੁੰਦੀ ਹੈਗੀ, ਟਾਈਮ ਸਿਰੇ ਕੰਮ ਮਿਲ ਜਾਂਦਾ ਜੀ। ਪੰਚਾਇਤੀ ਨਹੀਂ, ਉਹਦੇ 'ਚ ਕੋਈ ਪੰਚਾਇਤੀ ਚੋਣਾਂ ਦੇ ਵਿੱਚ ਬਰੇਗਾ ਲਈ ਕੋਈ ਚੋਣ ਜ਼ਾਬਤਾ ਨਹੀਂ ਹੁੰਦਾ ਹੈਗਾ, ਜੇ ਕੋਈ ਕੰਮ ਅਪਰੂਵ ਹੋਇਆ ਵਾ ਤਾਂ ਉਹ ਚਲਾ ਸਕਦੇ ਹਾਂ। ਇਹਨਾਂ ਦੀ ਇੱਕ ਮੰਗ, ਜਿਹੜੇ ਕੰਮ ਨਹੀਂ ਮਿਲਦਾ ਤਾਂ ਬੇਰੁਜ਼ਗਾਰ ਭੱਤਾ ਮਿਲਦਾ ਸੈਂਟਰ ਵੱਲੋਂ ਆਉਂਦਾ, ਉਹ ਵੀ ਨਹੀਂ ਮਿਲ ਰਿਹਾ ਇਹਨਾਂ ਨੂੰ? ਜੇ ਹੋਊਗਾ ਕੋਈ ਗੱਲ ਨਹੀਂ, ਉਹਨਾਂ ਨੂੰ ਜੇ ਉਹਨਾਂ ਦੀ ਕੋਈ ਹੋਊਗੀ ਤਾਂ ਜ਼ਰੂਰ ਅਸੀਂ ਕੇਸ ਫੋਰਵਰਡ ਕਰਾਂਗੇ, ਅਦਰਵਾਈਜ਼ ਤਾਂ ਅਸੀਂ ਇਹਨਾਂ ਨੂੰ 100 ਡੇਜ਼ ਦਾ ਕੰਮ ਹੀ ਦੇ ਦਾਂਗੇ।